ਪ੍ਰਾਈਜ ਇਹਦੇ ਵਾਸਤੇ ਮੇਰੇ ਕੋਲ ਕਾਫੀ ਹੈ, ਕਿਉਂਕਿ ਇਹ ਇੱਕ ਇਨਸਾਨ, ਇਹ ਮੈਨੂੰ ਗੁਰਦਾਸਪੁਰ ਪਿਛਲੇ ਸਾਲ ਮਿਲਿਆ ਸੀਗਾ ਤੇ ਇਹਨੇ 15-15 ਕੁ ਮਿੰਟ ਮਿਲੇ ਇਹਨੂੰ ਕਮੈਂਟਰੀ ਵਾਸਤੇ। ਇੱਦਾਂ ਅਸੀਂ ਸਟੇਜ ਤੇ ਬੈਠੇ ਸੀਗੇ ਤੇ ਉੱਥੇ ਜਦੋਂ ਬੈਠੇ ਸੀ ਤਾਂ ਅਸੀਂ ਕਿਹਾ ਬੰਦਾ ਬੋਲਦਾ ਬਹੁਤ ਵਧੀਆ ਪਰ ਬੰਦਾ ਕਿੱਥੇ ਆ, ਬਿਕੋਜ਼ ਸਾਨੂੰ ਪਤਾ ਨਹੀਂ ਸੀ ਵਿਚਾਰਾ ਉਹ ਖੜ ਕੇ ਨਹੀਂ ਕਰ ਸਕਦਾ ਕਮੈਂਟਰੀ। ਸੋ ਉਹ ਬਾਅਦ ਵਿੱਚ ਜਦੋਂ ਮੈਚ ਖਤਮ ਹੋਇਆ ਇਹ ਸਾਡੇ ਕੋਲ ਆਇਆ, ਇੱਦਾਂ ਚੱਲਿਆ ਆਇਆ ਤੇ ਮੈਂ ਕਿਹਾ, ਕਹਿੰਦਾ ਜੀ ਮੈਂ ਕਮੈਂਟਰੀ ਕੀਤੀ ਸੀ। ਮੈਂ ਕਿਹਾ ਤੂੰ ਸੀਗਾ ਯਾਰ, ਤੂੰ ਤਾਂ ਬਹੁਤ ਵਧੀਆ ਕਮੈਂਟਰੀ ਕਰਦਾ। ਤੇ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ, ਮੈਂ ਕਿਹਾ ਮੇਰੀ ਬਾਂਹ ਫੜ ਲਈ। ਮੈਂ ਕਿਹਾ ਅਸੀਂ 20-25 ਜਾਣੇ ਖਾਣਾ ਖਾਣ ਚੱਲੇ ਸੀ, ਮੈਂ ਕਿਹਾ ਸਾਡੇ ਨਾਲ ਖਾਣਾ ਖਾਣ ਚੱਲਦਾ, ਮੈਨੂੰ ਪਹਿਲੀ ਵਾਰੀ ਲਾਈਵ 'ਚ ਦੇਖਿਆ, ਮੈਂ ਇਹਨੂੰ ਜਾਣਦਾ ਨਹੀਂ ਸੀ, ਮੈਨੂੰ ਨਹੀਂ ਪਤਾ ਸੀ ਇਹ ਕੌਣ ਹੈ ਕਿੱਦਾਂ। ਉਸ ਤੋਂ ਬਾਅਦ ਇਸ ਨੂੰ ਮੈਂ ਬਾਂਹ ਫੜ ਲਈ, ਇੱਦਾਂ ਗਰਾਊਂਡ ਦੇ ਵਿੱਚ ਖੜੇ ਸੀ। ਮੈਂ ਕਿਹਾ ਬਈ ਵੀਰਾ ਤੂੰ ਕਦੀ ਬਾਹਰ ਗਿਆ? ਕਹਿੰਦਾ ਮਿੱਟੀ ਨੂੰ ਕੌਣ ਲੈ ਕੇ ਜਾਂਦਾ? ਓਕੇ, ਮਿੱਟੀ ਨੂੰ ਕੌਣ ਲੈ ਕੇ ਜਾਂਦਾ? ਮੈਂ ਇਹਦੀ ਬਾਂਹ ਫੜ ਲਈ, ਮੇਰੇ ਕਿਤੇ ਸੱਟ ਲੱਗੀ। ਮੈਂ ਕਿਹਾ ਤੂੰ ਹੀਰਾ ਆ ਤੇ ਕੋਸ਼ਿਸ਼ ਕਰਾਂਗੇ, ਟਰਾਈ ਕਰਾਂਗੇ। ਤੇ ਆਏ ਤੇ ਵੀਜ਼ਾ ਇਹਦਾ ਉੱਥੇ ਆਏ, ਸਪੌਂਸਰ ਪਾਈ ਤੇ ਉਹਦੇ ਵਿੱਚ ਮੈਂ ਸ਼ੋਰਟ ਨਹੀਂ ਥੋੜਾ ਦੱਸਦਾ, ਕਿਉਂਕਿ ਆਪਣੇ ਟਾਈਮ ਥੋੜਾ, ਕਿਉਂਕਿ ਇਹਨੂੰ ਮੇਰਾ ਨਾਂ ਲੱਗਿਆ ਕਿ ਪਿੰਕਾ ਇਹਨੂੰ ਬਾਹਰ ਲੈ ਕੇ ਗਏ ਗਿਆ। ਨਹੀਂ, ਇਹ ਗੱਲ ਝੂਠ ਆ, ਸਾਰੇ ਲੌਸਮੈਂਟਾਂ ਕਰਦੇ ਆ। ਪਰ ਮੈਂ ਕਿਸੇ ਵੀਰ ਨੂੰ ਕਿਹਾ ਇਹਨੂੰ ਸਪੌਂਸਰ ਪਾਉਣੀ, ਉਹਨੇ ਪਾ ਦਿੱਤੀ, ਵੀਜ਼ਾ ਰਿਫਿਊਜ਼ ਹੋ ਗਿਆ। ਉਹਦਾ ਚਲੋ ਵਕੀਲ ਦੇ ਕੀਤਾ ਤੇ ਇਹਨੂੰ ਵੀਜ਼ਾ ਮਿਲ ਗਿਆ। ਵੀਜ਼ਾ ਮਿਲਣ ਤੋਂ ਬਾਅਦ ਇਸ ਇਨਸਾਨ ਨੇ ਆਇਆ ਉੱਥੇ ਆ ਕੇ ਤੇ ਇਹਨੇ ਬਹੁਤ ਯੂਰਪ ਦੇ ਵਿੱਚੋਂ ਇਹਨੇ ਪਿਆਰ ਖੱਟਿਆ। ਇਹਦੇ ਵਾਸਤੇ ਸਾਰੇ ਯੂਰਪ ਨੇ 24,401 ਯੂਰੋ ਇਸ ਇਨਸਾਨ ਨੂੰ ਮਿਲਿਆ। ਔਰ ਜਿਸ ਦਿਨ ਇੱਕ ਦਿਨ ਪਹਿਲਾਂ ਇਹ ਆਇਆ, ਦੂਏ ਦਿਨ ਸਾਡੇ ਟੂਰਨਾਮੈਂਟ, ਉਸ ਦਿਨ ਮੈਨੂੰ ਕਿਸੇ ਨੇ ਗੋਲਡ ਮੈਡਲ ਦੇ ਨਾਲ ਸਨਮਾਨ ਕੀਤਾ ਤੇ ਮੈਂ ਉਹ ਇਹ ਕਿਹਾ ਕਿ ਮੈਂ ਕਿਹਾ ਵੀਰਾ ਉਹ ਤੇਰੇ ਕਰਕੇ ਮਿਲਿਆ, ਮੈਨੂੰ 18 ਸਾਲ ਹੋ ਗਏ ਸੀ, ਪਤਾ ਨੀ ਇਹ ਰੱਬ ਵੱਲੋਂ ਕਿਸੇ ਨੇ ਬਣੀ, ਉਹ ਤੇਰਾ ਦਿੱਤਾ ਤੇ ਮੈਂ ਉਹ ਵੀ ਇਹਨੂੰ ਦੇਤਾ, ਮੈਂ ਕਿਹਾ ਤੇਰਾ ਯਾਰ ਮਿੱਤਰਾ। ਪਰ ਉਸ ਤੋਂ ਬਾਅਦ ਇਹਦੇ ਵਾਸਤੇ ਕਈਆਂ ਪੈਸੇ ਭੇਜੇ ਆ, ਬਾਕੀ ਹੋਰ ਵੀ ਬਲਜੀਤ ਸਿੰਘ 50,000 ਰੁਪਇਆ ਐਂਡ ਬਲਿਆਲ ਸਿੰਘ 51,000 ਰੁਪਇਆ ਜੋ ਸੰਦੀਪ ਨੇ ਨੂੰ ਕਿਹਾ ਸੀਗਾ। ਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਇੱਕ ਮੈਨੂੰ ਪਲੇਨ ਚ ਮਿਲਿਆ, ਉਹ 7,000 ਰੁਪਇਆ ਦਿੱਤਾ। ਉਸ ਤੋਂ ਬਾਅਦ ਆਉਣ ਤੋਂ ਮੇਰੇ ਤੋਂ 2 ਦਿਨ ਪਹਿਲਾਂ ਮਦਨ ਲਾਲ ਜੀ ਪਾਬੀ, ਉਹਨਾਂ ਦਾ 35,000 ਰੁਪਇਆ, ਸੱਤ ਜੀ 35,000 ਰੁਪਇਆ, 50 ਯੂਰੋ ਫਰਾਂਸ ਤੇ ਜਦੋਂ ਮੈਂ ਆਉਣਾ ਸੀ ਤਾਂ 2 ਦਿਨ ਪਹਿਲਾਂ ਮੈਂ ਪੰਪ ਤੇ ਤੇਲ ਪੰਪ ਤੇ ਮੁੰਡਾ ਆਇਆ, ਕਹਿੰਦਾ ਭਾਜੀ ਅੱਗੇ ਤੂੰ ਲਾਈਕ ਤੂੰ ਮਰੀਕ ਦਾ ਇੱਦਾਂ, ਮੈਂ ਕਿਹਾ ਮੈਨੂੰ ਜਾਣਦਾ ਨਹੀਂ ਸੀਗਾ ਤੇ ਮੈਨੂੰ ਕਹਿੰਦਾ ਮੈਂ ਉਹਨੂੰ ਪਿਆਰ ਦੇਣਾ, ਪਿਆਰ ਮੈਂ ਕਿਹਾ ਤੂੰ ਆਪਣਾ ਤੇਰਾ ਨਾਂ ਕੀ ਆ? ਕਹਿੰਦਾ ਤੂੰ ਕਿਹੜਾ ਦੱਸਦਾ, ਉਹ ਵੀ ਉਹਦੇ ਚਲਾ ਗਿਆ ਦੇ ਕੇ 50 ਰੁਪਏ ਉਹਦੇ ਵਾਸਤੇ। ਥੈਂਕ ਯੂ ਵੈਰੀ ਮਚ। ਤੇ ਆ ਪਿੰਕਾ ਸੇਗੋਲੀ ਤਾੜੀਆਂ ਮਾਰ ਦਿਓ, ਉੱਥੇ ਕੇਸ ਲੜ ਕੇ ਵੀਜ਼ਾ ਲੱਗਾ, ਪਹਿਲਾਂ ਰਿਫਿਊਜ਼ ਹੋ ਗਿਆ, ਕੇਸ ਲੜਿਆ ਗਿਆ। ਧੰਨਵਾਦ ਜੀ। ਔਰ ਬਾਲਾ 24,400 ਯੂਰੋ ਦੇ ਵਿੱਚੋਂ ਮੈਨੂੰ 1 ਯੂਰੋ ਦਿੱਤਾ, ਸਿਰਫ 1 ਯੂਰੋ ਵੀ, ਜਦੋਂ ਪਲੇਨ ਏਅਰਪੋਰਟ ਤੇ ਆਇਆ ਮੇਰੇ ਹੱਥ 1 ਯੂਰੋ ਦਿੱਤਾ। ਮੈਂ ਕੁਛ ਨਹੀਂ ਕੀਤਾ, ਸਾਰੇ ਯੂਰਪ ਨੇ ਕੀਤਾ ਇਹਦੇ ਵਾਸਤੇ, ਜਿਸ ਬੰਦੇ ਨੇ ਕੀਤਾ। ਮੇਰਾ ਪੈਸੇ ਨਾ ਲੱਗਿਆ ਪਰ ਮੈਨੂੰ ਸੀਸਾਂ ਬਹੁਤ ਮਿਲੀਆਂ, ਮੈਨੂੰ ਸੀਸਾਂ। ਮੈਂ ਇਸ ਕਰਕੇ ਇਸ ਇਨਸਾਨ ਦੇ ਪਹਿਲੀ ਹੱਥ ਲਾਉਣਾ ਕਿ ਇਸ ਬਹੁਤ ਬਾਲਾ ਜਲਾਲਪੁਰ ਦੇ ਸੰਦੀਪ ਲੁੱਧੜ ਜਿੱਥੇ ਵਾਸਣ ਦੇਣ ਉਹ ਗਰਾਊਂਡ ਦੇ ਵਿੱਚ ਆ ਜਾਣ, ਬਾਲਾ ਜਲਾਲਪੁਰ ਦੇ ਸੰਦੀਪ ਲੁੱਧੜ ਉਹ ਮੈਦਾਨ ਦੇ ਵਿੱਚ ਆ ਜਾਣ ਮਿਹਰਬਾਨੀ ਕਰਕੇ। ਔਰ ਮੈਂ ਹਮੇਸ਼ਾ ਰੈਡੀ ਰਹਾਂਗਾ ਕਬੱਡੀ ਜਗਤ ਦਾ। ਮੈਂ ਕਦੇ ਸੋਚਿਆ ਨਹੀਂ ਸੀਗਾ ਜਦੋਂ ਜਹਾਜ਼ ਉੱਪਰ ਦੀ ਲੰਘਣਾ ਤੇ ਸੋਚਣਾ ਵੀ ਉਹ ਜਹਾਜ਼ ਜਾਂਦਾ। ਮੈਨੂੰ ਹਾਲੇ ਵੀ ਉਹ ਸੁਪਨਾ ਹੀ ਲੱਗ ਰਿਹਾ ਵੀ ਮੈਂ ਬਾਹਰ ਜਾਇਆ, ਮੈਂ ਜਹਾਜ਼ ਦੇ ਝੂਟੇ ਲੈ ਆਇਆ, ਕਿਉਂਕਿ ਪਾਪੇ ਨੇ ਸਕੂਲ ਛੱਡਣ ਜਾਣਾ ਤੇ ਮਗਰ ਸਾਈਕਲ ਦੇ ਕਾਠੀ ਨਹੀਂ ਹੁੰਦੀ ਸੀ, ਉਹਨੇ ਸਾਈਕਲ ਤੇ ਡੰਡੇ ਦੇ ਮੂਹਰੇ ਸਾਫਾ ਲਪੇਟ ਦੇਣਾ, ਪੁੱਤ ਕੋਈ ਨਾ ਜਿਗਰਾ ਰੱਖ ਦੇਣ ਆਉਣਗੇ। ਪਰ ਮੈਂ ਕਬੱਡੀ ਜਗਤ ਦਾ ਦੇਣਾ ਨਹੀਂ ਦੇ ਸਕਦਾ, ਰਵਿੰਦਰ ਨਹੀਂ ਬੋਲ ਸਕਦੇ।
ਤਾੜੀਆਂ ਮਾਰ ਦਿਓ ਵੀਰ ਜੀ ਇਸ ਨਾਲ। ਜੋ ਕਰਮਾਂ ਚ ਲਿਖਿਆ ਉਹ ਮਿਲ ਜਾਂਦਾ, ਇਹ ਤੇਰਾ ਨੀ ਉਹਦਾ ਸੱਚੇ ਪਾਤਸ਼ਾਹ ਦਾ ਲਿਖਿਆ ਹੋਇਆ। ਪਿੰਕੇ ਹੁਣੀ ਰੱਬ ਰੂਪ ਆ ਕੇ ਸਾਰੇ ਜੱਗੇ ਹੁਣੀ ਤੈਨੂੰ ਮਿਲੇ ਆ, ਉਹਦੀ ਜੋ ਉਹਨੇ ਵਡਿਆਈ ਬਖਸ਼ਣੀ ਹਰ ਇਨਸਾਨ ਨੂੰ ਦਿੰਦਾ। ਇੱਥੇ ਦੁਨੀਆਂ ਦਾ ਬਹੁਤ ਵੱਡੇ ਵੱਡੇ ਬੰਦਿਆਂ ਨੂੰ ਫੇਲ ਕਰਨ ਨੂੰ ਤੁਰੀ ਫਿਰਦੀ ਹੈ, ਪਰ ਜੋ ਉਹਦਾ ਲਿਖਿਆ ਉਹ ਕੋਈ ਖੋ ਨਹੀਂ ਸਕਦਾ। ਜੋ ਜਿੰਨੇ ਉਹਨੇ ਸਾਹ ਪਾਇਆ ਉਨੇ ਆਉਣੇ, ਕਿਸੇ ਦੇ ਕਹੇ ਰੁਕਣੇ ਨੀ। ਜੇ ਤੂੰ ਬਾਹਰ ਜਾਣਾ ਕਿਸੇ ਦੇ ਕਹੇ ਕੋਈ ਰੋਕ ਨਹੀਂ ਸਕਦਾ, ਜਿਹਨੇ ਜਾਣਾ ਉਹਨੇ ਜਾ ਆਉਣਾ।